ਮੇਰਾ ਇਹ ਮੰਨਣਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਇਹ ਡਰੋਨ ਦਾ ਸਮਾਂ ਹੈ, ਔਰ ਜਿਹੜੇ ਬੱਚੇ ਇਸ ਲਾਈਨ ਦੇ ਵਿੱਚ ਇੰਟਰ ਕਰਨਗੇ ਉਹ ਬਹੁਤ, ਉਹਨਾਂ ਦੀ ਡਿਮਾਂਡ ਬਹੁਤ ਹੋਏਗੀ। ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਟਰੈਵਲ ਕਰਨਾ ਹੈਗਾ ਤਾਂ ਸਾਨੂੰ ਕਾਰ ਵਰਤਣ ਦੀ ਜ਼ਰੂਰਤ ਨਹੀਂ ਪਏਗੀ, ਅਸੀਂ ਆਪਦੇ ਘਰ ਤੋਂ ਹੀ ਆਪਦੇ ਡਰੋਨ 'ਚ ਬੈਠਾਂਗੇ, ਜਿੱਥੇ ਵੀ ਜਾਣਾ ਗੂਗਲ ਮੈਪ 'ਤੇ ਉਹਨੂੰ ਫੀਡ ਕਰਾਂਗੇ। ਜਦੋਂ ਕਿ ਆਮ ਜਿਹੜੇ ਉਹਦੇ ਪੁਰਾਣੇ ਅਤੇ ਸੋ ਕਾਲਡ ਵੱਡੇ ਸਕੂਲ ਹੈ ਉੱਥੇ ਹਜੇ 9ਵੀਂ 10ਵੀਂ ਦੇ ਬੱਚਿਆਂ ਨੂੰ ਵੀ ਕੋਡਿੰਗ ਬਾਰੇ ਕੁਛ ਬਹੁਤੀ ਨੌਲੇਜ ਨਹੀਂ ਹੈਗੀ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਿਉਣ ਵਾਲਾ ਵਿੱਚ ਇੱਕ ਸਕੂਲ ਆ ਜਿਹੜਾ ਆਪਣੀ ਕਿਸਮ ਦੀ ਨਿਵੇਕਲੀ ਕਿਸਮ ਦੀ ਪੜ੍ਹਾਈ ਕਰਾਉਂਦਾ ਹੈ ਅਤੇ ਅੱਜ ਕੱਲ੍ਹ ਉਹ ਛੋਟੀ ਉਮਰ ਦੇ ਵਿਦਿਆਰਥੀਆਂ ਨੂੰ ਡਰੋਨ ਸਿਰਫ ਉਡਾਉਣ ਹੀ ਨਹੀਂ, ਉਸ ਨੂੰ ਅਸੈਂਬਲ ਕਰਨ, ਬਣਾਉਣ ਅਤੇ ਉਸ ਨੂੰ ਠੀਕ ਕਰਨ ਤੱਕ ਦੀ ਸਿਖਲਾਈ ਦੇਣ ਵਿੱਚ ਲੱਗਾ ਹੋਇਆ ਹੈ। ਮੇਜਰ ਅਜੈਬ ਸਿੰਘ ਕੌਨਵੈਂਟ ਸਕੂਲ ਦੇ ਨਾਂ ਨਾਲ ਮਸ਼ਹੂਰ ਇਹ ਸਕੂਲ ਹੈ ਤਾਂ ਭਾਵਾਂ ਪਿੰਡ ਦੇ ਵਿੱਚ, ਪਰ ਇੱਥੇ ਬੱਚੇ ਪੜ੍ਹਨ ਦੇ ਲਈ ਸ਼ਹਿਰਾਂ ਵਿੱਚੋਂ ਆਉਂਦੇ ਆ, ਸ਼ਹਿਰਾਂ ਦੇ ਵਿੱਚ ਦੀ ਲੰਘ ਕੇ ਆਉਂਦੇ ਆ, ਕਿਉਂਕਿ ਇੱਥੋਂ ਦੀ ਜਿਹੜੀ ਨਿਵੇਕਲੀ ਪੜ੍ਹਾਈ ਆ ਉਹ ਕਿਸੇ ਹੋਰ ਸਕੂਲ ਵਿੱਚ ਤਾਂ ਕੀ ਕਿਸੇ ਹੋਰ ਦੇਸ਼ ਵਿੱਚ ਵੀ ਨਹੀਂ ਪੜ੍ਹਾਈ ਜਾਂਦੀ। ਅਤੇ ਹੁਣ ਤੱਕ ਉਹ 100 ਤੋਂ ਵੱਧ ਅਜਿਹੇ ਵਿਸ਼ੇ ਬੱਚਿਆਂ ਦੇ ਟੇਸਟ ਮੁਤਾਬਕ, ਸਵਾਦ ਮੁਤਾਬਕ ਪੜ੍ਹਾ ਰਹੇ ਆ, ਜਿਹੜੇ ਕਿ ਕਿਸੇ ਸਿਲੇਬਸ ਵਿੱਚ ਹੀ ਨਹੀਂ ਅਤੇ ਉਹਨਾਂ ਨੇ ਖੁਦ ਸਿਲੇਬਸ ਆਪਣੇ ਤੌਰ 'ਤੇ ਤਿਆਰ ਕੀਤੇ ਆ। ਅਤੇ ਸਾਰੇ ਵਿਸ਼ੇ ਉਹ ਜਿਹੜੇ ਬੱਚੇ ਪੜ੍ਹ ਕੇ ਬਾਹਰ ਜਾਣ ਅਤੇ ਨਾਲ ਦੀ ਨਾਲ ਕੰਮ ਕਰਕੇ ਕਮਾਈ ਕਰਨ ਵਾਲੇ ਹੋ ਜਾਣ। ਮੈਂ ਪਿਛਲੇ ਕਈ ਸਾਲਾਂ ਤੋਂ ਇੱਕ ਪਲਾਨ ਚਲਾ ਰਿਹਾ ਸੀ, ਇੱਥੇ ਉਹਦਾ ਨਾਮ ਹੈ ਅਰਨਿੰਗ ਵਾਈਲ ਲਰਨਿੰਗ। ਬੱਚੇ ਪੜ੍ਹਦੇ ਹੋਏ ਨਾਲ ਨਾਲ ਆਪਦੀ ਕਮਾਈ ਕਰਦੇ ਆ, ਔਰ ਉਹਦੇ ਲਈ ਅਸੀਂ ਬਕਾਇਦਾ ਰੇਟ ਫਿਕਸ ਕੀਤੇ ਹੋਏ ਆ। ਪਹਿਲਾਂ 30 ਰੁਪਏ ਘੰਟਾ ਸਨ, ਫਿਰ 40 ਰੁਪਏ ਘੰਟਾ ਸੀ, ਔਰ ਹੁਣ ਅਸੀਂ 60 ਰੁਪਏ ਘੰਟਾ ਪੇਰੈਂਟਸ ਤੋਂ ਪੇ ਕਰਵਾਉਂਦੇ ਬੱਚਿਆਂ ਨੂੰ ਵੱਖ ਵੱਖ ਕਿੱਤੇ ਕਰਨ ਲਈ, ਜਿਹੜਾ ਵੀ ਕਿੱਤਾ ਉਹਦੇ ਪੇਰੈਂਟਸ ਕਰਦੇ ਹੈਗੇ ਆ। ਤਾਂ ਉਸੇ ਲੜੀ ਤਹਿਤ ਅਸੀਂ ਕੀ ਕੀਤਾ ਕਿ ਜਿਹੜਾ ਆਉਣ ਵਾਲਾ ਯੁੱਗ ਹੈ, ਕਿਉਂਕਿ ਸਾਨੂੰ ਜਿਹੜਾ ਵਿਦਿਅਕ ਅਦਾਰਾ ਹੈ ਸਕੂਲ ਹੈ, ਜੇ ਮੈਂ ਇਹ ਕਹਾਂ ਕਿ ਮੈਂ ਅਪ ਟੂ ਡੇਟ ਹਾਂ ਤਾਂ ਮੈਂ ਬਹੁਤ ਪਿੱਛੇ ਹਾਂ। ਸਾਨੂੰ ਅਪ ਟੂ ਡੇਟ ਹੋਇਆ ਨਹੀਂ ਸਰਨਾ, ਸਾਨੂੰ ਐਡਵਾਂਸ ਇਨ ਡੇਟ ਚੱਲਣਾ ਪੈਣਾ ਜੀ। ਕਿਉਂਕਿ ਜਿਹੜਾ ਬੱਚਾ ਮੇਰੇ ਕੋਲ ਅੱਜ ਐਡਮਿਸ਼ਨ ਲੈ ਰਿਹਾ ਹੈ ਉਹਨੇ ਆਪਦੀ ਜ਼ਿੰਦਗੀ ਦੇ ਵਿੱਚ ਵਿਚਰਨਾ ਅੱਜ ਤੋਂ 12-15 ਸਾਲ ਬਾਅਦ 'ਚ। ਉਦੋਂ ਕਿਹੋ ਜਿਹਾ ਜ਼ਮਾਨਾ ਹੋਏਗਾ 12-15 ਸਾਲ ਨੂੰ, ਸਮਾਜ ਦੀਆਂ ਸੁਸਾਇਟੀ ਦੀਆਂ ਨੀਡਸ ਕੀ ਕੀ ਹੋਣਗੀਆਂ, ਮੈਂ ਉਹਦੇ ਮੁਤਾਬਕ ਚੱਲਦਾ ਹੈਗਾ ਜੀ। ਔਰ ਇਸੇ ਜਿਹੜਾ ਅਸੀਂ ਫੁਲਫਿਲ ਕਰਨ ਨੂੰ ਇਸ ਟੀਚੇ ਨੂੰ ਅਸੀਂ ਡਰੋਨ ਅਕੈਡਮੀ ਸ਼ੁਰੂ ਕੀਤੀ ਹੈ ਇੱਥੇ, ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਅੱਜ ਤੋਂ 20 ਸਾਲ ਪਹਿਲਾਂ, 25 ਸਾਲ ਪਹਿਲਾਂ ਮੈਂ ਸ਼ਾਇਦ ਤੁਹਾਡੇ ਯਾਦ ਹੋਵੇ ਤੁਹਾਨੂੰ ਕਿਹਾ ਸੀ ਕਿ ਕੰਪਿਊਟਰ ਯੁੱਗ ਆਏਗਾ। ਅਸੀਂ ਸਭ ਤੋਂ ਪਹਿਲਾਂ ਕੰਪਿਊਟਰ ਇੱਥੇ ਸ਼ੁਰੂ ਕੀਤਾ, ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਹਿ ਕੇ ਉੱਥੇ ਸ਼ੁਰੂ ਕਰਵਾਇਆ, ਔਰ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਭਾਰਤ ਦੇ ਬਾਕੀ 33 ਬੋਰਡ ਦੇ ਚੇਅਰਮੈਨਸ ਨਾਲ ਗੱਲ ਕਰਕੇ ਤਾਂ ਪੂਰੇ ਭਾਰਤ ਦੇ ਵਿੱਚ ਕੰਪਿਊਟਰ ਸਾਇੰਸ ਸਬਜੈਕਟ ਅਸੀਂ ਚਲਾਇਆ ਸੀ ਬਹੁਤ ਪਹਿਲਾਂ। ਅੱਜ ਤੋਂ ਕੋਈ 7-8 ਸਾਲ ਪਹਿਲਾਂ ਮੈਂ ਰੋਬੋਟਿਕ ਸਾਇੰਸ ਸਬਜੈਕਟ ਚਲਾਇਆ, 3 ਸਾਲ ਪਹਿਲਾਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਸਬਜੈਕਟ ਲਾਂਚ ਕੀਤਾ, ਫਿਰ ਉਹ ਸਬਜੈਕਟ CBSE ਤੋਂ ਵੀ ਲਾਂਚ ਕਰਾਇਆ। ਹੁਣ CBSE ਕੋਲ ਕਰੀਬ 30,000 ਸਕੂਲ ਹੈ ਭਾਰਤ ਦੇ ਵਿੱਚ ਅਤੇ ਹੋਰਨਾਂ ਮੁਲਕਾਂ ਦੇ ਵਿੱਚ, ਜਿਨ੍ਹਾਂ 'ਚੋਂ ਕੋਈ ਸਿਰਫ 500 ਸਕੂਲ ਹੀ ਹੈ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗਾ ਸਬਜੈਕਟ ਚੱਲਦਾ ਹੈ। ਅਤੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਡਰੋਨ ਅਕੈਡਮੀ ਦੀ, ਡਰੋਨ ਦਾ ਯੁੱਗ ਦੀ ਗੱਲ ਕਰ ਰਿਹਾ ਸੀ, ਤਾਂ ਉਹਦੇ ਤਹਿਤ ਅਸੀਂ ਬੱਚਿਆਂ ਨੂੰ ਡਰੋਨ ਟ੍ਰੇਨਿੰਗ ਲਈ, ਉਹਨੂੰ ਰਿਪੇਅਰ ਲਈ, ਉਹਨੂੰ ਫਲਾਇੰਗ ਲਈ ਬਕਾਇਦਾ ਉਹਨੂੰ ਕੋਚਿੰਗ ਦਿੰਦੇ ਹੈਗੇ, ਔਰ ਉਹਦੇ ਲਈ ਮਿਸਟਰ ਯਾਦਵਿੰਦਰ ਸਿੰਘ ਖੋਖਰ, ਕੈਪਟਨ ਯਾਦਵਿੰਦਰ ਸਿੰਘ ਖੋਖਰ ਸਾਡੇ ਕੋਚ ਹੈ,
ਬਠਿੰਡਾ ਤੋਂ ਆਉਂਦੇ ਆ ਤਾਂ ਉਹ ਬੱਚਿਆਂ ਨੂੰ ਡਰੋਨ ਦੀ ਟ੍ਰੇਨਿੰਗ ਆ ਜਿਹੜੀ ਉਹ ਦੇ ਰਹੇ ਹੈਗੇ ਆ ਤਾਂ ਕਿ ਬੱਚੇ ਪਲੱਸ ਟੂ ਕਰਦਿਆਂ ਹੀ ਰੋਜ਼ੀ ਰੋਟੀ ਦੇ ਕਾਬਲ ਹੋ ਜਾਣ। ਔਰ ਨਾਲ ਹੀ ਅਸੀਂ ਇੱਕ ਸ਼ੁਰੂ ਕੀਤਾ ਹੈ ਕੰਪਿਊਟਰ ਸਾਇੰਸ ਦੇ ਵਿੱਚ ਜਿਹੜੀ ਬਹੁਤ ਐਡਵਾਂਸ ਲੈਂਗੁਏਜ ਆ ਪਾਇਥਨ। ਉੱਥੇ ਸਾਡੀ ਅਮੈਰੀਕਨ ਕੰਪਨੀ ਨਾਲ ਗੱਲ ਹੋਈ ਹੈ, ਉਹ ਬੱਚਿਆਂ ਦਾ ਔਨਲਾਈਨ ਟੈਸਟ ਲੈਂਦੀ ਹੈ ਔਰ ਉਹ ਬੱਚਿਆਂ ਨੂੰ ਔਨਲਾਈਨ ਜੋਬ ਜਿਹੜੀ ਹੈਗੀ ਹੈ ਉਹ ਪ੍ਰੋਵਾਈਡ ਕਰਦੀ ਹੈਗੀ ਹੈ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬੈਠਿਆਂ ਨੂੰ, ਜਿੱਦਾਂ ਦੀ ਸੈਲਰੀ ਜਿਹੜੀ ਹੈ ਉਹ ਡੋਲਰਸ ਦੇ ਵਿੱਚ ਹੁੰਦੀ ਹੈ। ਤਾਂ ਅਜਿਹਾ ਕਰਕੇ ਮੈਂ ਮਹਿਸੂਸ ਕਰਦਾ ਕਿ ਅਸੀਂ ਥੋੜ੍ਹੀ ਬਹੁਤੀ ਬ੍ਰੇਨ ਡਰੇਨ ਨੂੰ ਵੀ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬ੍ਰੇਨ ਡਰੇਨ ਇੱਕ ਪਖਦਾ ਮਸਲਾ ਹੈ, ਇੱਕ ਪੰਜਾਬ ਦੀ ਦੁੱਖ ਦੀ ਰਾਗ ਹੈ, ਇਹ ਨਸ਼ਿਆਂ ਤੋਂ ਵੀ ਉੱਪਰਲੀ ਗੱਲ ਹੈ। ਅਸੀਂ ਆਪਦੀ ਇੱਕ ਪੀੜ੍ਹੀ ਖਾੜਕੂਵਾਦ ਦੇ ਵਿੱਚ ਖਰਾਬ ਕਰਤੀ, ਅਸੀਂ ਆਪਦੀ ਇੱਕ ਹੋਰ ਪੀੜ੍ਹੀ ਜਿਹੜੀ ਸੀਗੀ ਉਹ ਚਿੱਟੇ ਨੇ ਖਰਾਬ ਕਰਤੀ, ਠੀਕ ਹੈ, ਨਸ਼ਿਆਂ ਨੇ ਖਰਾਬ ਕਰਤੀ। ਤਾਂ ਉਹਨਾਂ ਬੱਚਿਆਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਮੈਂ ਮਹਿਸੂਸ ਕਰਦਾ ਕਿ ਸਰਕਾਰਾਂ ਜਿੰਨੀਆਂ ਮਰਜ਼ੀ ਚੰਗੀਆਂ ਪੋਲਿਸੀਜ਼ ਬਣਾਈ ਜਾਣ, ਸਰਕਾਰ ਦੇ ਕਈ ਵਾਰੀ ਵੱਸ ਦੀ ਗੱਲ ਨਹੀਂ ਰਹਿੰਦੀ ਗੀ। ਅਸੀਂ ਹਰ ਪਰਸਨ ਆਪਣੇ ਆਪਣੀ ਸੀਟ 'ਤੇ ਬੈਠਾ ਇਹਦੇ ਲਈ ਜੇਕਰ ਯਤਨ ਕਰੇ ਤਾਂ ਕੁਛ ਨਾ ਕੁਛ ਜਿਹੜਾ ਹੈਗਾ ਇਹਦੇ ਪੋਜ਼ਿਟਿਵ ਰਿਜ਼ਲਟਸ ਆ ਸਕਦੇ ਆ। ਸਾਨੂੰ ਬ੍ਰੇਨ ਡਰੇਨ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪੰਜਾਬ ਤਾਂ ਖਤਮ ਹੋ ਗਿਆ ਜੀ। ਭਵਿੱਖ ਕਿਵੇਂ ਲੱਗਦਾ ਤੁਹਾਨੂੰ ਡਰੋਨ ਦਾ? ਡਰੋਨ ਤਾਂ ਰਾਜ ਕਰੇਗਾ ਜੀ। ਡਰੋਨ ਦੇ ਵਿੱਚ ਤਾਂ ਦੇਖੋ ਐਡਵਾਂਸਡ ਜਿਹੜੇ ਕੰਟਰੀਜ਼ ਆ ਅਮੈਰੀਕਾ ਵਰਗੇ, ਉੱਥੇ ਅੱਜ ਐਮਾਜ਼ੋਨ ਨੇ ਡਿਲੀਵਰੀ ਸ਼ੁਰੂ ਕਰਤੀ ਹੈ, ਕਈ ਜਿਹੜੇ ਰੈਸਟੋਰੈਂਟਸ ਹੈਗੇ ਆ ਉਹਨਾਂ ਨੇ ਫੂਡ ਡਿਲੀਵਰੀ ਸ਼ੁਰੂ ਕਰਤੀ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਟਰੈਵਲ ਕਰਨਾ ਹੈਗਾ ਤਾਂ ਸਾਨੂੰ ਕਾਰ ਵਰਤਣ ਦੀ ਜ਼ਰੂਰਤ ਨਹੀਂ ਪਏਗੀ, ਅਸੀਂ ਆਪਦੇ ਘਰ ਤੋਂ ਹੀ ਆਪਦੇ ਡਰੋਨ 'ਚ ਬੈਠਾਂਗੇ, ਜਿੱਥੇ ਵੀ ਜਾਣਾ ਗੂਗਲ ਮੈਪ 'ਤੇ ਉਹਨੂੰ ਫੀਡ ਕਰਾਂਗੇ, ਆਟੋਮੈਟਿਕ ਉਹ ਰੂਟਿੰਗ ਕਰੇਗਾ ਔਰ ਆਟੋਮੈਟਿਕ ਅਸੀਂ ਜਿਹੜਾ ਹੈਗਾ ਬਾਏ ਏਅਰ ਅਸੀਂ ਉਸ ਸਟੇਸ਼ਨ 'ਤੇ ਬਹੁਤ ਜਲਦੀ ਨਾਲ ਜਿਹੜਾ ਹੈਗਾ ਉਹ ਪਹੁੰਚ ਜਾਵਾਂਗੇ। ਤੋ ਮੈਂ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਇਹ ਡਰੋਨ ਦਾ ਸਮਾਂ ਹੈ ਔਰ ਜਿਹੜੇ ਬੱਚੇ ਇਸ ਲਾਈਨ ਦੇ ਵਿੱਚ ਇੰਟਰ ਕਰਨਗੇ ਉਹ ਬਹੁਤ, ਉਹਨਾਂ ਦੀ ਡਿਮਾਂਡ ਬਹੁਤ ਹੋਏਗੀ ਜੀ। AI ਦੇ ਵਿੱਚ ਬੜੀ ਡਿਮਾਂਡ ਹੈ, ਡੇਟਾ ਸਾਇੰਸ ਦੇ ਵਿੱਚ ਬੜੀ ਡਿਮਾਂਡ ਹੈ ਔਰ ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਸੁਣ ਕੇ ਕਿ ਮੇਰੇ ਨਰਸਰੀ ਕਲਾਸ ਦੇ ਜਿਹੜੇ ਬੱਚੇ ਹੈਗੇ ਹੈ ਉਹ ਉਹਨਾਂ ਬੱਚਿਆਂ ਨੂੰ ਅਸੀਂ ਕੋਡਿੰਗ ਪੜ੍ਹਾਉਣੀ ਸ਼ੁਰੂ ਕੀਤੀ ਹੋਈ ਹੈ ਨਰਸਰੀ ਕਲਾਸ ਦੇ ਬੱਚਿਆਂ ਨੂੰ, ਜਦੋਂ ਕਿ ਆਮ ਜਿਹੜੇ ਉਹਦੇ ਪੁਰਾਣੇ ਅਤੇ ਸੋ ਕਾਲਡ ਵੱਡੇ ਸਕੂਲ ਹੈ ਉੱਥੇ ਹਜੇ 9ਵੀਂ 10ਵੀਂ ਦੇ ਬੱਚਿਆਂ ਨੂੰ ਵੀ ਕੋਡਿੰਗ ਬਾਰੇ ਕੁਛ ਬਹੁਤੀ ਨੌਲੇਜ ਨਹੀਂ ਹੈ।